ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ ਜਾਗਦੇ ਕੇ ਸੁੱਤੇ ਸਤਿ ਸ੍ਰੀ ਅਕਾਲ ਦੋਸਤੋ ਸੋ ਮੈਂ ਤੁਹਾਡਾ ਪ੍ਰੋਗਰਾਮ ਪੰਜਾਬੀਓ ਜਾਗਦੇ ਅਤੇ ਸੁੱਤੇ ਦੇ ਵਿੱਚ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਪਹਿਲੇ ਜਿੰਨੇ ਵੀ ਸਾਡੇ ਜਿਹੜੇ ਐਪੀਸੋਡ ਨੇ ਉਹ ਤੁਸੀਂ ਦੇਖੇ ਤੇ ਪਸੰਦ ਕੀਤੇ ਹੋਣਗੇ ਸੋ ਅੱਜ ਵਾਲਾ ਐਪੀਸੋਡ ਵੀ ਜਿਹੜਾ ਹੈ ਉਹ ਤੁਸੀਂ ਇਸ ਉਮੀਦ ਦੇ ਨਾਲ ਕਿ ਤੁਸੀਂ ਜਰੂਰ ਪਸੰਦ ਕਰੋਗੇ ਸੋ ਆਪਣੀ ਜਿਹੜੀ ਫੀਡਬੈਕ ਆ ਉਹ ਜਰੂਰ ਸਾਡੇ ਤੱਕ ਪਹੁੰਚਦੀ ਕਰ ਦਿਆ ਕਰੋ ਤਾਂ ਕਿ ਸਾਨੂੰ ਹੋਰ ਉਤਸ਼ਾਹ ਮਿਲੇ ਤੇ ਅਸੀਂ ਹੋਰ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਬਿਹਤਰ ਜਿਹੜਾ ਹੈ ਉਹ ਬਣਾ ਸਕੀਏ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਂ ਜਿਹੜਾ ਪਿਛਲਾ ਪ੍ਰੋਗਰਾਮ ਸੀ ਉਹਦੇ ਵਿੱਚ ਹਾਲੇ ਉਸ ਵਿਵਾਦ ਨੂੰ ਸੋਚਿਆ ਸੀਗਾ ਕਿ ਉੱਥੇ ਹੀ ਉਸ ਦਾ ਜਿਹੜਾ ਖਾਤਮਾ ਹੈ ਉਹ ਹੋ ਜਾਵੇਗਾ ਵਿਰੋਧ ਇੱਕ ਅਲੱਗ ਤਰੀਕੇ ਦੇ ਨਾਲ ਹੋਏਗਾ ਮੈਂ ਗੱਲ ਕਰ ਰਿਹਾ ਹਾਂ ਗਰਦਾਸ ਮਾਨ ਤੇ ਜਿਹੜਾ ਉਹ ਦੂਸਰਾ ਗਾਇਕ ਹੈਗਾ ਸਿੱਧੂ ਮੂਸੇਵਾਲਾ ਸੋ ਗਰਦਾਸ ਮਾਨ ਨੇ ਜਿਹੜਾ ਵਿਵਾਦ ਸੀ ਉਹਨੂੰ ਠੰਡਾ ਕਰਨ ਦੀ ਬਜਾਏ ਹੋਰ ਜਿਹੜਾ ਹੈ ਉਹਦੇ ਵਿੱਚ ਵਾਅਦਾ ਕਰ ਦਿੱਤਾ ਗਲਤ ਨਹੀਂ ਦਿਲ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਤੁਸੀਂ ਪ੍ਰਚਾਰੂ ਕਿਉਂਕਿ ਇਹੋ ਜਿਹੇ ਲੋਕਾਂ ਦੀ ਕਈ ਵਾਰੀ ਅੱਜ ਇਸ ਇੱਥੋਂ ਇਹ ਮਹਿਸੂਸ ਹੋ ਰਿਹਾ ਕਿ ਇਹਨਾਂ ਲੋਕਾਂ ਦਾ ਜਿਹੜਾ ਜੀਵਨ ਪੱਧਰ ਜਿਹੜਾ ਹੈ ਉਹ ਬਿਲਕੁਲ ਡਿੱਗ ਚੁੱਕਿਆ ਕਰਤਾਰ ਕੋਈ ਨਹੀਂ ਹੈ ਤਾਂ ਇਹ ਲੋਕ ਇਹੋ ਜਿਹੇ ਜਿਹੜੀਆਂ ਗੱਲਾਂ ਨੇ ਉਹ ਕਰਦੇ ਨੇ ਸੋ ਸਿਰਫ ਸਾਨੂੰ ਸਾਡਾ ਮਕਸਦ ਸਿਰਫ ਸਾਡੀ ਮਾਂ ਬੋਲੀ ਪੰਜਾਬੀ ਤੱਕ ਆ ਸਾਡੀ ਮਾਂ ਨੂੰ ਅਗਰ ਕੋਈ ਹੱਥ ਪਾਉਂਦਾ ਜਾਂ ਮਾਂ ਦੇ ਪ੍ਰਤੀ ਉਹਦੀ ਜਿਹੜੀ ਹੈ ਉਹ ਨਜ਼ਰ ਬਦਲੀ ਬਦਲੀ ਹੋਵੇ ਤਾਂ ਫਿਰ ਉਸ ਸਾਡੀ ਨਜ਼ਰ ਦੇ ਵਿੱਚ ਇਨਸਾਨ ਜਿਹੜਾ ਹੈ ਉਹ ਸਤਕਾਰਿਆ ਨਹੀਂ ਜਾ ਸਕਦਾ ਉਹਨੂੰ ਦਤਕਾਰ ਹੀ ਪਾਈ ਜਾ ਸਕਦੀ ਆ ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਸੀ ਅਗਰ ਉਹਨੇ ਕੋਈ ਗਲਤੀ ਕੀਤੀ ਸੀ ਮੰਨ ਲਈ ਉਹਨੇ ਚਲੋ ਫੇਸਬੁੱਕ ਤੇ ਮੰਨ ਲਈ ਉਹਨੇ ਲੇਕਿਨ ਮੈਨੂੰ ਲੱਗਦਾ ਕਿ ਕੋਈ ਨਹੀਂ ਉਹਨੂੰ ਸੁਜੈਸ਼ਨ ਜਿਹੜਾ ਹੈ ਕੋਈ ਠੀਕ ਦੇਖ ਪਾਇਆ ਉਨੂੰ ਇਹ ਚਾਹੀਦਾ ਸੀਗਾ ਜਾਂ ਕੋਈ ਨਾ ਕੋਈ ਉਹਨੂੰ ਘਰ ਚੋਂ ਹੀ ਜਾਂ ਉਹ ਆਪਣੇ ਆਪ ਹੀ ਇਹ ਸੋਚਦਾ ਕਿ ਅਗਰ ਮੈਂ ਗਲਤੀ ਕਰ ਦਿੱਤੀ ਹੈ ਤੇ ਮੈਨੂੰ ਇੱਕ ਇਹੋ ਜਿਹਾ ਸਥਾਨ ਤੇ ਜਾਣਾ ਚਾਹੀਦਾ ਜਿੱਥੇ ਮੇਰੀ ਭੋਲਿਆ ਜਿਹੜੀ ਉਹ ਰਾਈਟ ਵੇ ਬਖਸ਼ੀ ਜਾਵੇ ਤੇ ਮੇਰੇ ਤੇ ਜਿਹੜੇ ਸਵਾਲ ਨੇ ਕਿਉਂਕਿ ਕਈ ਵਾਰੀ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਤੇ ਜਿਹੜਾ ਗੁੱਸਾ ਉਹ ਬੜੇ ਵੱਡੇ ਲੈਵਲ ਦੇ ਉੱਤੇ ਪੈਦਾ ਹੋ ਜਾਂਦਾ ਸੋ ਉਸ ਗੁੱਸੇ ਨੂੰ ਠੰਡਾ ਕਰਨ ਦਾ ਸਿਰਫ ਇੱਕੋ ਹੀ ਤਰੀਕਾ ਜੋ ਮੈਂ ਸਮਝਦਾ ਹੋਇਆ ਸੀਗਾ ਕਿ ਰਾਈਟਵੇ ਉਹਨੂੰ ਦਰਬਾਰ ਸਾਹਿਬ ਜਾਣਾ ਚਾਹੀਦਾ ਸੀ ਜੇ ਨਹੀਂ ਟਾਈਮ ਤਾਂ ਆਪਣੇ ਫੇਸਬੁੱਕ ਪੇਜ ਤੇ ਦਾ ਜਿੱਥੇ ਵੀ ਉਹ ਲਾਈਵ ਹੋ ਕੇ ਇਹ ਗੱਲ ਕਹਿੰਦਾ ਕਿ ਮੈਂ ਦਰਬਾਰ ਸਾਹਿਬ ਜਾਊਂਗਾ ਮੇਰੀ ਗਲਤੀ ਆ ਮੈਂ ਕੀਤੀ ਆ ਮੈਂ ਉਸ ਦੀ ਬਖਸ਼ਿਸ਼ ਬਖਸ਼ਾਉਣ ਵਾਸਤੇ ਪੁੱਲ ਬਖਸ਼ਾਉਣ ਵਾਸਤੇ ਜੋ ਮੈਨੂੰ ਸਜ਼ਾ ਜਾਂ ਜੋ ਵੀ ਮੈਨੂੰ ਉੱਥੇ ਕੋਈ ਦੰਡ ਲਾਇਆ ਜਾਏਗਾ ਜੋ ਵੀ ਮੇਰੇ ਤੇ ਉੱਤੇ ਕਾਰਵਾਈ ਉਹ ਕਰਨਾ ਚਾਹਣ ਮੈਂ ਉੱਥੇ ਪੇਸ਼ ਹੋ ਜਾਊਂਗਾ ਤੇ ਮੇਰੇ ਤੇ ਕਾਰਵਾਈ ਤੇ ਮੈਨੂੰ ਲੱਗਦਾ ਕਿ ਇੰਨਾ ਜਿਹੜਾ ਵਿਵਾਦ ਸੀਗਾ ਉਹ ਨਹੀਂ ਉੱਠਣਾ ਸੀਗਾ ਮੈਂ ਅੱਜ ਇੰਨੀਆਂ ਹੀ ਗੱਲਾਂ ਇਨ੍ਹਾਂ ਬਾਰੇ ਕਰਨੀਆਂ ਸੀਗੀਆਂ ਕਿਉਂਕਿ ਇਸ ਤੋਂ ਵੱਧ ਜਿਹੜਾ ਹੈ ਉਹ ਨਹੀਂ ਕਰਨੇ ਚਾਹੀਦੇ। ਪਰ ਜਦੋਂ ਇਹ ਹੁਣ ਗੱਲਾਂ ਉੱਠੀਆਂ ਇਹ ਸਾਰਾ ਕੁਝ ਹੋਇਆ ਤਾਂ ਹੋਰ ਕਈ ਵਿਵਾਦ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਬੜੇ ਖੁੱਲੇ ਰੂਪ ਵਿੱਚ ਉੱਪਰ ਕੇ ਆਏ। ਮੈਂ ਨਾਂ ਤਾਂ ਨਹੀਂ ਲਾਊਂਗਾ ਇੱਥੇ ਚਲੋ ਨਾਂ ਲਾਈ ਲੈਣਾ। ਅੱਟਾ ਦਰਿਆਵਾਲੇ ਨੇ ਵੀ ਇੱਕ ਸਟੇਟਮੈਂਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਆਪਣੇ ਫੇਸਬੁੱਕ ਪੇਜ ਦੇ ਉੱਤੇ। ਕਈ ਵਾਰੀ ਹਨਾਨਗੀ ਮੈਂ ਡੇਰਾਬਾਦ ਦੀ ਗੱਲ ਕੀਤੀ ਸੀ ਇੱਕ ਦਿਨ ਤਾਂ ਮੈਨੂੰ ਅੱਜ ਵੀ ਇਹ ਮਹਿਸੂਸ ਹੋ ਰਿਹਾ ਕਿ ਕਈ ਵਾਰੀ ਨਾ ਕੁਝ ਚੀਜ਼ਾਂ ਜਿਹੜੀਆਂ ਨੇ ਇਹ ਵੀ ਉਸ ਤਰ੍ਹਾਂ ਹੀ ਐਕਟ ਇਹ ਲੋਕ ਕਰਨ ਲੱਗ ਪਏ ਕਿ ਜਿੱਦਾਂ ਕੋਈ ਪੋਲੀਟਿਸ਼ੀਅਨਸ ਲੋਕ ਐਕਟ ਕਰਦੇ ਨੇ ਕਿਉਂਕਿ ਅਗਰ ਤੁਸੀਂ ਲੋਕਾਂ ਨੂੰ ਸੇਧ ਦਿੰਦੇ ਹੋ ਤਾਂ ਸੇਧ ਦੇਣ ਦੇ ਵਾਸਤੇ ਤੁਹਾਨੂੰ ਕਿਸੇ ਸੋਸ਼ਲ ਮੀਡੀਆ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਤੁਹਾਡੇ ਅੱਗੇ ਤਾਂ ਲੱਖਾਂ ਸੰਤਾਂ ਬੈਠਦੀਆਂ ਨੇ ਉਹਨਾਂ ਲੋਕਾਂ ਨੂੰ ਤੁਸੀਂ ਉੱਥੇ ਸੰਦੇਸ਼ ਜਿਹੜਾ ਹੈ ਉਹ ਪਹੁੰਚਾ ਦਿੰਦੇ ਹੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੁਸੀਂ ਹੋਰ ਐਕਟਿਵ ਹੋ ਹੋਰ ਕੋਈ ਗੱਲ ਜਿਹੜੀ ਆ ਉਹਦਾ ਵਿਵਾਦ ਜਿਹੜਾ ਹੈ ਉਹ ਕਰੋ ਫਿਰ ਹੋਰ ਕਈ ਵੀਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਕਿਹਾ ਕਿ ਤੁਸੀਂ ਇਹ ਜਿਹੜਾ ਸੂਰਜ ਪ੍ਰਕਾਸ਼ ਦੀ ਗੱਲ ਜਿਹੜੀ ਆ ਉਹ ਕੀਤੀ ਤੇ ਬਹੁਤ ਸਾਰੇ ਵਿਵਾਦ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣਨ ਨੂੰ ਮਿਲੇ ਤੇ ਬੜਾ ਮਨ ਜਿਹੜਾ ਸੀਗਾ ਉਹ ਖਰਾਬ ਹੋਇਆ ਕਿ ਹਰ ਚੀਜ਼ ਨੂੰ ਹਰ ਬੰਦਾ ਆਪਣੇ ਤਰੀਕੇ ਨਾਲ ਜਸਟੀਫਾਈ ਕਰਨਾ ਚਾ ਰਿਹਾ ਗੱਲ ਕੁਝ ਹੋਰ ਸੀ ਵਿਵਾਦ ਕੁਝ ਹੋਰ ਖੜੇ ਕਰ ਦਿੱਤੇ ਗਏ ਜਦੋਂ ਆਪਾਂ ਇੱਕ ਵਾਰੀ ਇਹ ਗੱਲ ਕਰਦੇ ਆ ਕਿ ਜੇ ਤੁਸੀਂ ਉਹਦੇ ਨਾਲ ਤੁਸੀਂ ਇਹ ਗੱਲ ਉਹਨੇ ਇਹ ਗੱਲ ਕੀਤੀ ਆ ਕੋਈ ਗਲਤੀ ਕੀਤੀ ਆ ਤੇ ਉਹਦੇ ਕੋਲ ਤੁਸੀਂ ਮਾਫੀ ਮੰਗਾ ਲਈ ਤਾਂ ਤੁਸੀਂ ਦੂਸਰਿਆਂ ਦਾ ਕੀ ਕਰੋਗੇ ਇਹ ਸਵਾਲ ਬੜਾ ਵੱਡਾ ਜਿਹੜਾ ਸੀਗਾ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਵਾਇਰਲ ਵੀਡੀਓ ਦੇ ਵਿੱਚ ਇਹ ਆਇਆ ਸੋ ਇਹਦੇ ਨਾਲ ਕੀ ਜਿਹੜਾ ਹੈ ਉਹ ਸਾਨੂੰ ਫਾਇਦਾ ਹੋਏਗਾ ਨੁਕਸਾਨ ਹੈ ਉਲਟਾ ਇਹਦੇ ਨਾਲ ਫਾਇਦਾ ਜਿਹੜਾ ਹੈ ਉਹ ਆਪੋਜੀਸ਼ਨ ਨੂੰ ਜਿਹੜਾ ਲੋਕ ਜਿਹੜੇ ਤੁਹਾਡੇ ਉਲਟ ਬੈਠੇ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਫਾਇਦਾ ਹੁੰਦਾ ਉਹ ਹੱਸਦੇ ਨੇ ਉਹ ਆਪਣੀ ਜਿਹੜੀ ਹੈ ਸਵਾਦ ਜਿਹੜਾ ਉਹ ਲੈਂਦੇ ਨੇ ਤੇ ਇੱਥੇ ਮੈਨੂੰ ਲੱਗਦਾ ਕਿ ਅਸੀਂ ਜਿਹੜਾ ਹੈ ਉਹ ਆਪਣੀ ਅਕਲ ਦਾ ਪ੍ਰਦਰਸ਼ਨ ਨਹੀਂ ਕਰ ਰਹੇ ਹੈਗੇ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈਗਾ ਕਿਉਂਕਿ ਜਦੋਂ ਫਿਰ ਤੁਸੀਂ ਤੁਸੀਂ ਇਹ ਕਹਿੰਦੇ ਹੋ ਕਿ ਇੱਕ ਜੇ ਬੰਦੇ ਨੇ ਗਲਤੀ ਕੀਤੀ ਉਹਨੂੰ ਤੁਸੀਂ ਜਸਟੀਫਾਈ ਕਰ ਦਤਾ ਕਿ ਠੀਕ ਆ ਚਲੋ ਜੀ ਉਹ ਗਲਤੀ ਕੀਤੀ ਪਰ ਤੁਸੀਂ ਹੁਣ ਇਹਦਾ ਕੀ ਕਰੋਗੇ ਉਹ ਤਾਂ ਪਹਿਲਾਂ ਹੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਵਿਰੋਧ ਤਾਂ ਪਹਿਲਾਂ ਹੀ ਹੋ ਰਿਹਾ ਜਾਂ ਉਹਨਾਂ ਚੀਜ਼ਾਂ ਦਾ ਜਿਹੜਾ ਜੋ ਵੀ ਕਾਰਵਾਈ ਹੋਣੀਆਂ ਨੇ ਉਹ ਹੋ ਹੀ ਰਹੀਆਂ ਨੇ ਜਾਂ ਉਹਨਾਂ ਦੇ ਉੱਤੇ ਕੀਤਾ ਹੀ ਜਾ ਰਿਹਾ ਹੈਗਾ ਪਰ ਆਪਾਂ ਮੌਕੇ ਦਾ ਕੋਈ ਜਿਹੜਾ ਹੈ ਫਾਇਦਾ ਜਿਹੜਾ ਹੈ ਉਹ ਨਹੀਂ ਛੱਡਦੇ ਹੈਗੇ ਉਹ ਆਪਾਂ ਚਾਹੁੰਦੇ ਆ ਕਿ ਸਾਨੂੰ ਲੋਕ ਸੁਣ ਲੈਣ ਹੁਣ ਸਾਨੂੰ ਦੇਖ ਲੈਣ ਜਾਂ ਅਸੀਂ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਆਪਣੀ ਪਬਲਿਸਿਟੀ ਜਿਹੜੀ ਆ ਉਹ ਕਰ ਲਈਏ ਸੋ ਇਹ ਬਹੁਤ ਵੱਡਾ ਗਲਤ ਧਰਜਾਨ ਜਿਹੜਾ ਹੈ ਹੈਗਾ ਕਿਉਂਕਿ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨ ਲੱਗ ਪੈਂਦੇ ਆ ਬੇਲੋੜੀਆਂ ਔਰ ਬੇਤੁਕੀਆਂ ਤਾਂ ਉਹਦਾ ਜਿਹੜਾ ਫਾਇਦਾ ਹਮੇਸ਼ਾ ਦੂਜੀ ਧਿਰ ਨੂੰ ਜਿਹੜਾ ਹੈ ਉਹ ਜ਼ਿਆਦਾ ਹੋ ਜਾਂਦਾ ਆਪ ਅਸੀਂ ਆਪਣਾ ਨੁਕਸਾਨ ਕਰ ਬੈਨੇ ਜਾਂ ਕੋਈ ਕੋਈ ਵੀ ਬੰਦਾ ਹੈ ਉਹ ਆਪਣੇ ਰਾਈਟਰ ਦੀ ਜਿਹੜੀ ਉਹਦੀ ਉਹਦੀ ਆਪਣੀ ਸੋਚ ਉਹਦੀ ਸਮਝ ਉਹਦਾ ਆਪਣਾ ਤਰੀਕਾ ਹੋ ਸਕਦਾ ਹੈਗਾ ਸੋ ਸਾਡੇ ਵਾਸਤੇ ਸਭ ਤੋਂ ਸਰਵ ਉੱਤਮ ਜਿਹੜੀ ਚੀਜ਼ ਹੈਗੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਉਹਦੇ ਉਹਦੇ ਤੇ ਹੀ ਸਾਨੂੰ ਜਿਹੜਾ ਹੈ ਉਹ ਭਰੋਸਾ ਉਹਦੇ ਤੇ ਹੀ ਸਾਨੂੰ ਜਿਹੜਾ ਹੈ ਉਹ ਗੱਲ ਕਰਨੀ ਚਾਹੀਦੀ ਹੈਗੀ ਆ ਉਸ ਦੇ ਵਿੱਚ ਕੋਈ ਚੇਂਜ ਨਾ ਹੋਈ ਸੀ ਨਾ ਹੋ ਸਕਦੀ ਆ ਨਾ ਕੋਈ ਕਰ ਸਕਦਾ ਹੈਗਾ ਇਪਰ ਲੇਕਿਨ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਬਹੁਤ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਜਿਹੜਾ ਜਿਹੜਾ ਤੁਹਾਡਾ ਦੁਸ਼ਮਣ ਆ ਜਾਂ ਜਿਹੜਾ ਤੁਹਾਡਾ ਜਿਹੜਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਰਿਹਾ ਹੁਣ ਆ ਇਥੇ ਇੱਕ ਗੱਲ ਮੈਂ ਨਾਲ ਹੋਰ ਕਰਦੇ ਆ ਕਿ ਇੱਕ ਸਿਰਫ ਇੱਕ ਮਤਲਬ ਆਪਾਂ એનર્ਜੀ ਵੇਸਟ ਕਰਦੇ ਆ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਬੇ ਬਿਵਾਦ ਖੜੇ ਚਲੋ ਮੌਕੇ ਦੇ ਉੱਤੇ ਵਿਰੋਧ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਬੇਲੋੜੀਆਂ ਗੱਲਾਂ ਕਰ ਕਰਕੇ ਅਸੀਂ ਆਪਣੀ એનર્ਜੀ ਜਿਹੜੀ ਹੈ ਉਹ ਖਾਸ ਕਰ ਸਿੱਖ ਧਰਮ ਦੇ ਵਿੱਚ ਆਪਾਂ ਆਪਣੀ એનર્ਜੀ ਵੇਸਟ ਕਰਨੇ ਹੈਗੇ ਆ ਚੰਗੇ ਬੰਨੇ ਨਾ ਲਾ ਕੇ ਗਲਤ ਬੰਨੇ ਅਸੀਂ ਮਤਲਬ ਕਿਸੇ ਦੀ ਕਿਸੇ ਨੂੰ ਕਮੈਂਟ ਦੇ ਕੇ ਆਪਾਂ ਗਾਲ੍ਹਾਂ ਕੱਢ ਰਹੇ ਆ ਕਿਸੇ ਕਿਸੇ ਨੂੰ ਆਪਾਂ ਕੋਈ ਚਾਰ ਬੰਦੇ ਸਹੀ ਕਹਿ ਰਹੇ ਨੇ ਕੋਈ ਚਾਰ ਬੰਦੇ ਗਲਤ ਕਹਿ ਰਹੇ ਨੇ ਸੋ ਇਹ ਜਿਹੜਾ ਰੁਝਾਨ ਆ ਇਹ ਬਹੁਤ ਗਲਤ ਜਿਹੜਾ ਹੈ ਉਹ ਜਾ ਰਿਹਾ ਹੈਗਾ ਸਾਨੂੰ ਇਹ ਜਾਗਰੂਕ ਹੋਣਾ ਚਾਹੀ ਪਏਗਾ ਇੱਥੇ ਇੱਕ ਗੱਲ ਨਾਲ ਹੋਰ ਕਰਨੀ ਚਾਹਾਂਗਾ ਇੱਥੇ ਕਿਉਂਕਿ ਜਦੋਂ ਤੁਹਾਨੂੰ ਕੋਈ ਡਿਫਾਈਨ ਕਰਦਾ ਹੈਗਾ ਜਦੋਂ ਕੋਈ ਤੁਹਾਨੂੰ ਦੱਸਣਾ ਚਾਹ ਰਿਹਾ ਹੋਵੇ ਸਿੱਖ ਧਰਮ ਦੇ ਬਾਰੇ ਤਾਂ ਉਦੋਂ ਜਿਹੜਾ ਸਿੱਖ ਧਰਮ ਨੂੰ ਉਹ ਐਕਸਪਲੇਨ ਕਰਨ ਵਾਲਾ ਉਹ ਕੌਣ ਹੈ ਬੰਦਾ ਉਹਦੇ ਤੇ ਨਜ਼ਰ ਚਾਹੀਦੀ ਹੈਗੀ ਆ ਉਹ ਕੀ ਕਿ ਸ਼ਖਸੀਅਤ ਆ ਉਸ ਬੰਦੇ ਦੀ ਜਾਂ ਉਹਦੇ ਪਿੱਛੇ ਜਿਹੜਾ ਜੋ ਵੀ ਚੀਜ਼ਾਂ ਲਖਵਾਈਆਂ ਗਈਆਂ ਜਾਂ ਲਖਵਾਈਆਂ ਜਾ ਰਹੀਆਂ ਨੇ ਉਹਦੇ ਪਿੱਛੇ ਕਿਹੜੀ ਤਾਕਤ ਜਿਹੜੀਆਂ ਉਹ ਕੰਮ ਕਰਦੀ ਕਰਦੀ ਪਈ ਆ ਸੋ ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਤੁਸੀਂ ਜਦੋਂ ਕੋਈ ਤੁਹਾਨੂੰ ਜਿਹੜਾ ਹੈ ਡਿਫਾਈਨ ਕਰੇਗਾ ਤੇ ਉਹਦੇ ਚ ਮਿਲਾਵਟ ਹੋਏਗੀ ਉਹਦੇ ਉਹ ਪਿਓਰ ਨਹੀਂ ਹੋਏਗਾ ਸੋ ਇੱਕ एग्जांपल ਇੱਥੇ ਆਪਾਂ ਲੈ ਲਈਏ ਕਿ ਜੇ ਕੋਈ ਸਾਡੇ ਨਾਲ ਬੰਦਾ ਰਹਿੰਦਾ ਤਾਂ ਆਪਾਂ ਉਸ ਬੰਦੇ ਨੂੰ ਕਹਿੰਨੇ ਆ ਕਿ ਤੂੰ ਨਹੀਂ ਤੈਨੂੰ ਮੈਂ ਸਾਰਾ ਕੁਝ ਦੱਸੂਗਾ ਸੋ ਉਹਦੇ ਉਹਨੂੰ ਆਪਾਂ ਦੋ ਤਰ੍ਹਾਂ ਨਾਲ ਲੈ ਸਕਦੇ ਆ ਜਾਂ ਤੇ ਉਹ ਦਿਮਾਗ ਤੋਂ ਕਮੜਾ ਬੰਦਾ ਉਹਨੂੰ ਅਸੀਂ ਡਿਫਾਈਨ ਕਰਾਂਗੇ ਤੇ ਇੱਕ ਦੂਸਰਾ ਕਿ ਆਪਾਂ ਉਹਦੇ ਤੇ ਇੰਨਾ ਉਹਨਰੇ ਤੇ ਪ੍ਰੈਸ਼ਰ ਪਾ ਦਿੱਤਾ ਹੋਇਆ ਇੰਨਾ ਉਹਨੂੰ ਅਸੀਂ ਦਿਮਾਗੀ ਤੌਰ ਦੇ ਉੱਤੇ ਉਹਦੇ ਉੱਤੇ ਹੈਵੀ ਹੋ ਗਏ ਆ ਕਿ ਤੂੰ ਨੇ ਉੱਥੇ ਕੁਝ ਬੋਲਣਾ ਜਾਂ ਤੂੰ ਨਹੀਂ ਦੱਸਣਾ ਤੇਰੇ ਬਾਰੇ ਜਿਹੜਾ ਹੈ ਉਹ ਮੈਂ ਦੱਸੂਗਾ ਜਿੱਦਾਂ ਆਪਾਂ ਕਿਸੇ ਨਾਲ ਕੋਈ ਸਿਦਰੇ ਜੇ ਬੰਦੇ ਨੂੰ ਨਾਲ ਲੈ ਕੇ ਚਲੇ ਜਾਂਦੇ ਆ ਤੇ ਉਹਨੂੰ ਕਹਿੰਨੇ ਆ ਕਿ ਭਾਈ ਤੂੰ ਨਹੀਂ ਬੋਲਣਾ ਤੇਰੇ ਬਾਰੇ ਫਿਰ ਅਸੀਂ ਉਹਨੂੰ ਕਿਤੇ ਇੰਟਰੋਡਿਊਸ ਵੀ ਕਰਾਉਣਾ ਹੋਵੇ ਤਾਂ ਉਹਦੇ ਬਾਰੇ ਅਸੀਂ ਦੱਸਦੇ ਆ ਕੀ ਆਪਾਂ ਉਸ ਬਾਰੇ ਵੀ ਸੱਚ ਦੱਸਦੇ ਆ ਉਹਦੇ ਵਿੱਚ ਵੀ ਆਪਾਂ ਮਲਾਵਟ ਜਿਹੜੀ ਆ ਉਹ ਕਰ ਦਿੰਨੇ ਆ ਇਸ ਤਰ੍ਹਾਂ ਹੀ ਜਾਂ ਜਿਸਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੋਵੇ ਉਹਨੂੰ ਪ੍ਰੈਸ਼ਰ ਨਾਲ ਦਬਾ ਕੇ ਇਹ ਫੋਰਸਫੁਲੀ ਇਹ ਗੱਲ ਕਹੀ ਜਾਂਦੀ ਆ ਕਿ ਤੂੰ ਨਹੀਂ ਉੱਥੇ ਕੁਝ ਬੋਲਣਾ ਤੇਰੇ ਬਾਰੇ ਅਸੀਂ ਦੱਸਾਂਗੇ ਤੇਰੇ ਬਾਰੇ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਵੱਲੋਂ ਦੱਸਿਆ ਜਾਏਗਾ ਸੋ ਜਦੋਂ ਆਪਾਂ ਕਿਸੇ ਨੂੰ ਫੋਰਸਫੁਲੀ ਇਹ ਚੀਜ਼ਾਂ ਦੱਸਦੇ ਆ ਜਾਂ ਕਰਨ ਦੀ ਕੋਸ਼ਿਸ਼ ਕਰਦੇ ਆ ਹੈਗੇ ਆ ਉੱਥੇ ਕੀ ਆਪਾਂ ਦਰਸਾ ਰਹੇ ਹੁੰਨੇ ਆ ਉੱਥੇ ਆਪਾਂ ਸੱਚਾਈ ਥੋੜੀ ਬੋਲਾਂਗੇ ਉੱਥੇ ਆਪਾਂ ਸਰਾਸਰ ਮਿਲਾਵਟ ਹੋਏਗੀ ਹੋ ਸਕਦਾ 25% ਵੀ ਸਹੀ ਗੱਲ ਨਾ ਹੋਵੇ ਸੋ ਇਸੇ ਤਰ੍ਹਾਂ ਜਿੰਨੇ ਵੀ ਹੁਣ ਤੱਕ ਸਾਡੇ ਸਾਹਮਣੇ ਇਹੋ ਜਿਹੇ ਲਿਖਤਾਂ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੰਥ ਨੂੰ ਪ੍ਰਮਾਨਤ ਨਹੀਂ ਨੇ ਜਾਂ ਪੰਥ ਉਹਨਾਂ ਨੂੰ ਪ੍ਰਮਾਨ ਨਹੀਂ ਕਰਦਾ ਹੈਗਾ ਉਹਨਾਂ ਦੇ ਸਾਨੂੰ ਬੇਲੋੜੀਆਂ ਚੀਜ਼ਾਂ ਦੇ ਉੱਤੇ ਵਾਦ-ਵਿਵਾਦ ਨਹੀਂ ਖੜਾ ਕਰਨਾ ਚਾਹੀਦਾ ਨਾ ਹੀ ਉਹਨਾਂ ਨੂੰ ਸਾਨੂੰ ਆਪਣੇ ਬੱਚਿਆਂ ਅੱਗੇ ਪੇਸ਼ ਕਰਨਾ ਚਾਹੀਦਾ ਕਿਉਂਕਿ ਉਹ ਸਾਡੇ ਵਿੱਚ ਮਿਲਾਵਟ ਕਰਕੇ ਸਾਡੇ ਵਿੱਚ ਇੰਨੀ ਮਿਲਾਵਟ ਕਰਕੇ ਸਾਡੇ ਅੱਗੇ ਪੇਸ਼ ਪੇਸ਼ਕਾਰੀ ਕੀਤੀ ਜਾਂਦੀ ਆ ਕਿ ਉਹ ਇਸ ਜਿਹੜੇ ਜੇ ਅਗਨੀਆਂ ਸਾਡੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹਨੂੰ ਪੜ੍ਹਦੀਆਂ ਨੇ ਜਾਂ ਉਹਦੇ ਤੇ ਉਹਨੂੰ ਉਹ ਦੇਖਦੀਆਂ ਨੇ ਤਾਂ ਉਹਦੇ ਵਿੱਚ ਜਿਹੜਾ ਹੈ ਉਹ ਗਲਤ ਮੈਸੇਜ ਜਿਹੜਾ ਹੈ ਉਹ ਕਨਵੇ ਹੋ ਜਾਂਦਾ ਹੈਗਾ ਸੋ ਸਾਨੂੰ ਕਈ ਵਾਰੀ ਮੈਨੂੰ ਸੋਸ਼ਲ ਮੀਡੀਆ ਤੇ ਬੜੇ ਯੰਗ ਜੇ ਮੁੰਡੇ ਉਹਦੇ ਵਿੱਚ ਉਹ ਦਿਖੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਭਾਵਨਾਵਾਂ ਪ੍ਰਗਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਭਾਵਨਾਵਾਂ ਨੂੰ ਪ੍ਰਗਟ ਕਰਨ ਲੱਗੇ ਆਪਾਂ ਮਰਿਆਦਾ ਨੂੰ ਭੁੱਲ ਜਾਂਦੇ ਆ ਆਪਾਂ ਦੂਸਰੇ ਦੇ ਉੱਤੇ ਉਂਗਲੀ ਜਿਹੜੀ ਹੈ ਨਾ ਕਿੰਤੂ ਪ੍ਰੰਤੂ ਉਂਗਲੀ ਜਿਹੜੀ ਆ ਉਹ ਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੇ ਤੁਸੀਂ ਆਹ ਕੀਤਾ ਤਾਂ ਤੁਹਾਨੂੰ ਇਹ ਵੀ ਕਰਨਾ ਚਾਹੀਦਾ ਸੀਗਾ ਸੋ ਜਦੋਂ ਕੌਮ ਜਿਹੜੀ ਹੈ ਬਹੁਤ ਸਾਰੇ ਮਸਲਿਆਂ ਦੇ ਵਿੱਚ ਉਲਝੀ ਹੋਵੇ ਤਾਂ ਉਦੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਸਲਝਾਈਆਂ ਜਾ ਸਕਦੀਆਂ ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਬਹੁਤ ਤਾਕਤਵਰ ਹੁੰਦਾ ਉਹਨੇ ਤੁਹਾਡੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਛਤਰੀ ਦੇ ਰੂਪ ਵਿੱਚ ਤਾਣੀ ਹੁੰਦੀ ਆ ਤੇ ਉਹਦੇ ਵਿੱਚੋਂ ਜਿਹੜੀ ਮੋਰੀ ਜੇ ਛਤਰੀ ਚੋਂ ਮੋਰੀ ਕਰਕੇ ਉਹ ਤੁਹਾਡੇ ਤੇ ਪਾਣੀ ਸੁੱਟਣਾ ਚਾਵੇ ਉਹ ਸੁੱਟ ਦਿੰਦਾ ਹੈ ਉਹ ਉੱਥੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜੇ ਉਹ ਪਾਣੀ ਸੁੱਟਦਾ ਤਾਂ ਉਹਨੇ ਤੇ ਤੁਸੀਂ ਆਪਸ ਵਿੱਚ ਲੜੀ ਲੜੀ ਜਾਂਦੇ ਹੋ ਕਿ ਜੇ ਜੇ ਤੁਸੀਂ ਇਹ ਕੀਤਾ ਹੈਗਾ ਤੇ ਫਿਰ ਤੁਹਾਨੂੰ ਤੁਹਾਨੂੰ ਜਿਹੜਾ ਹੈ ਜੇ ਇਸ ਬੰਦੇ ਦੇ ਵਿਰੁੱਧ ਤੁਸੀਂ ਬੋਲਿਓ ਤੇ ਤੁਹਾਨੂੰ ਇਨਾ ਵਿਰੁੱਧ ਵੀ ਬੋਲਣਾ ਚਾਹੀਦਾ ਮੈਂ ਬੇਨਤੀ ਕਰਦਾ ਉਹਨਾਂ ਡੇਰੇ ਡਾਰਾਂ ਨੂੰ ਵੀ ਜਿਹੜੇ ਆ ਮੌਕੇ ਦਾ ਜਿਹੜਾ ਹੈ ਉਹ ਛੱਟ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੀ ਉਹ ਉਹ ਉਹਨਾਂ ਦਾ ਕੰਮ ਕੀ ਆ ਪਹਿਲੀ ਗੱਲ ਉਹਨਾਂ ਨੂੰ ਕੁਐਸਚਨ ਆ ਇਸ ਚੀਜ਼ ਦਾ ਬਹੁਤ ਵੱਡਾ ਕਿ ਉਹਨਾਂ ਦਾ ਕੰਮ ਕੀ ਆ ਤੁਹਾਡਾ ਕੰਮ ਧਰਮ ਪ੍ਰਚਾਰ ਜੇ ਤੁਸੀਂ ਧਰਮ ਪ੍ਰਚਾਰਕ ਹੋ ਮੈਨੂੰ ਮੈਂ ਤਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਕਹਿ ਚੁੱਕਿਆ ਕਿ ਅੱਜ ਦੀ ਡੇਟ ਦੇ ਵਿੱਚ ਮੈਨੂੰ ਇੱਕ ਵੀ ਮੈਂ ਆਪਣੇ ਸਿੱਖ ਪੰਥ ਦੀ ਗੱਲ ਕਰਦਾ ਇੱਕ ਵੀ ਬੰਦਾ ਮੈਨੂੰ ਧਰਮ ਪ੍ਰਚਾਰਕ ਦੇ ਰੂਪ ਵਿੱਚ ਨਹੀਂ ਦਿਖ ਰਿਹਾ ਕਿਉਂਕਿ ਉਹਨਾਂ ਦੇ ਵਿੱਚੋਂ ਕਿਤੇ ਉਹਨਾਂ ਕਿਤੇ ਕੁਛ ਨਾ ਕੁਛ ਇਹੋ ਜੀ ਬਦਬੂ ਆਉਂਦੀ ਹੈ ਇਹੋ ਜਿਹਾ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਮਾਦਾ ਨਜ਼ਰ ਆਉਂਦਾ ਕਿ ਜਿਹੜਾ ਪਿਓਰ ਨਹੀਂ ਹੈ ਕੋਈ ਮर्यादा ਨਹੀਂ ਹੈ ਕੋਈ ਜੇ ਜੇ ਤੁਸੀਂ ਸਿੱਖ ਪੰਥ ਦੇ ਪ੍ਰਚਾਰਕ ਹੋ ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਆ ਤੇ ਤੁਹਾਡਾ ਸਿਰਫ ਕੇਂਦਰ ਬਿੰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੋਣਾ ਚਾਹੀਦਾ ਹੈ ਤੁਸੀਂ ਆਲੇ-ਦੁਆਲੇ ਕੀ ਲੈਣਾ ਹੈ ਆਲੇ-ਦੁਆਲੇ ਜਿਹ ਉਹ ਐਕਟਿਵਿਸਟ ਬੰਦਿਆਂ ਦੇ ਉੱਤੇ ਛੱਡ ਦਿਓ ਉਹ ਹਿਸਟੋਰੀਅਨ ਤੇ ਛੱਡ ਦਿਓ ਉਹ ਜਿਹੜੇ ਐਕਟਿਵਿਸਟ ਬੰਦੇ ਜਿਹੜੇ ਨੇ ਜਿਹੜੇ ਜਿਹੜੇ ਕਾਮ ਨੂੰ ਦੇਖ ਰਹੇ ਹੁੰਦੇ ਨੇ ਇਹ ਉਹਨਾਂ ਦਾ ਕੰਮ ਆ ਇਹ ਤੁਹਾਡਾ ਕੰਮ ਨਹੀਂ ਆ ਤੁਹਾਡਾ ਕੰਮ ਤਾਂ ਗੁਰੂ ਦੀ ਬਾਣੀ ਦਾ ਗਿਆਨ ਦੇਣਾ ਹੈ ਗੁਰੂ ਨਾਲ ਜੋੜਨਾ ਹੈ ਨਾ ਕਿ ਤੁਸੀਂ ਜਿਹੜੇ ਸੋਸ਼ਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਕਟੀਵਿਟੀਜ਼ ਜਿਹੜੀਆਂ ਨੇ ਹੁੰਦੀਆਂ ਨੇ ਇਹ ਇਹ ਦੂਸਰੇ ਜਿਹੜੇ ਸੋਸ਼ਲ ਐਕਟਿਵਿਸਟ ਹੈਗੇ ਨੇ ਸਿੱਖ ਧਰਮ ਦੇ ਜਿਹੜੇ ਐਕਟਿਵਿਸਟ ਨੇ ਇਹ ਉਹਨਾਂ ਦਾ ਕੰਮ ਆ ਉਹਨਾਂ ਨੇ ਆਨਸਰ ਜਾਂ ਉਹਨਾਂ ਦੇ ਜਿਹੜੇ ਜਦੋਂ ਕੁਐਸਚਨ ਕੀਤੇ ਜਾਂਦੇ ਨੇ ਤੇ ਉਹਨਾਂ ਨੇ ਆਨਸਰ ਦੇਣਾ ਹੁੰਦਾ ਉਹ ਜਵਾਬ ਦੇ ਨੇ ਤੁਸੀਂ ਲੋਕ ਜਿਹੜੇ ਉਹ ਉਹ ਜਵਾਬ ਦੇ ਇਸ ਰੂਪ 'ਚ ਨਹੀਂ ਹੋ ਤੁਸੀਂ ਤਾਂ ਜਿਹੜਾ ਹੈ ਉਹ ਸੰਗਤ ਨੂੰ ਸਹੀ ਰੂਪ ਵਿੱਚ ਗੁਰਬਾਣੀ ਦਾ ਜਿਹੜਾ ਹੈ ਉਹਦਾ ਪ੍ਰਚਾਰ ਕਰੋ ਇਹ ਬੇਨਤੀ ਆ ਨਾ ਮੌਕੇ ਦਾ ਫਾਇਦਾ ਉਠਾਈਏ ਨਾ ਇਹੋ ਜੀਆਂ ਗੱਲਾਂ ਕਰੀਏ ਤੇ ਨਾ ਅਸੀਂ ਜਿਹੜਾ ਹੈ ਉਹ ਪੰਜਾਬ ਨੂੰ ਇਹੋ ਜੇ ਬਦਦੌਰ ਦੇ ਵਿੱਚ ਦੁਬਾਰਾ ਧੱਕਣ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਸਾਡੇ ਵਿੱਚ ਵਾਦ ਵਿਵਾਦ ਜਿਹੜੇ ਨੇ ਹੋਰ ਪੈਦਾ ਹੋਣ ਗੱਲਾਂ ਤਾਂ ਬਹੁਤ ਹੋਰ ਵੀ ਸਨ ਜਿਹੜੀਆਂ ਕੀਤੀਆਂ ਜਾ ਸਕਦੀਆਂ ਸਨ ਪਰ ਸਮੇਂ ਦੀ ਜਿਹੜੀ ਹੈ ਉਹ ਕੜੀ ਲਗਾਤਾਰ ਜਿਹੜੀ ਹੈ ਸੂਈ ਬੜੀ ਤੇਜ਼ੀ ਨਾਲ ਘੁੰਮਦੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ ਕੱਲ ਆਪਾਂ ਦੁਬਾਰਾ ਕਿਸੇ ਹੋਰ ਟੌਪਿਕ ਦੇ ਵਿੱਚ ਤੁਹਾਡੇ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਮੈਨੂੰ ਇੱਥੇ ਦੇ ਦੇਓ ਛੁੱਟੀਆਂ ਕੱਲ ਨੂੰ ਆਪਾਂ ਦੁਬਾਰਾ ਹਾਜ਼ਰੀ ਲਵਾਵਾਂਗੇ ਸਤਿ ਸ੍ਰੀ ਅਕਾਲ ਜੀ ਜਾਪਿਓ ਜਾਗਦੇ ਕੇ ਸੁਤੇ